ਸਤਿ ਸ਼੍ਰੀ ਅਕਾਲ ਪੰਜਾਬੀਓ, ਤੁਸੀਂ ਜੁੜ ਚੁੱਕੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਅਤੇ ਮੈਂ ਤੁਹਾਡਾ ਦੋਸਤ ਚੇਤਨ ਕਸ਼ਯਪ। ਸੋ ਅੱਜ ਤੁਹਾਡੇ ਨਾਲ ਜਿਹੜਾ ਰੂਬਰੂ ਹੋਣ ਦਾ ਸਬਬ ਹੋਇਆ, ਇਹ ਕੋਈ ਖਬਰ ਨਹੀਂ ਹੈ ਜਾਂ ਕੋਈ ਕੋਈ ਸੀਰੀਅਸ ਮੈਟਰ ਨਹੀਂ ਹੈ, ਇੱਕ ਸਿਰਫ ਆਪਾਂ ਪੰਜਾਬੀਆਂ ਦੀ ਯਾਨੀ ਕਿ ਆਪਣੇ ਸੁਭਾਅ ਦੀ ਗੱਲ ਕਰਨੀ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ੍ਹ ਹੜਤਾਲ ਦਾ ਐਲਾਨ ਹੁੰਦਾ ਹੈ ਕਿ ਦੇਸ਼ ਭਰ ਦੇ ਵਿੱਚ ਟਰੱਕਾਂ ਦੇ ਡਰਾਈਵਰਾਂ ਵੱਲੋਂ ਜਾਂ ਹੋਰ ਟਰਾਂਸਪੋਰਟਰਾਂ ਵੱਲੋਂ ਜਿਹੜੀ ਉਹ ਹੜਤਾਲ ਕਰ ਦਿੱਤੀ ਗਈ ਹੈ ਅਤੇ ਪਤਾ ਨਹੀਂ ਕਿੰਨੇ ਕੁ ਦਿਨ ਇਹ ਹੜਤਾਲ ਚੱਲਣੀ ਹੈ। ਸੋ ਜਿਸ ਤੋਂ ਬਾਅਦ ਮਾਹੌਲ ਹੈ ਥੋੜ੍ਹਾ ਬਹੁਤਾ ਜਿਹੜਾ ਭਗਦੜ ਵਾਲਾ ਵੀ ਮਚਿਆ ਸੀ, ਕਿਉਂਕਿ ਪੈਟਰੋਲ ਨੂੰ ਲੈ ਕੇ ਡੀਜ਼ਲ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਸੀ ਕਿ ਪਤਾ ਨਹੀਂ ਹੁਣ ਕਿੰਨੇ ਕੁ ਦਿਨ ਜਿਹੜਾ ਪੈਟਰੋਲ ਡੀਜ਼ਲ ਹੈ ਬੰਦ ਰਹੇਗਾ, ਨਹੀਂ ਮਿਲਣਾ ਇਹ। ਸੋ ਜਿਸ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਜਿਹੜੀਆਂ ਲੰਮੀਆਂ ਲੰਮੀਆਂ ਜਿਹੜੀਆਂ ਕਤਾਰਾਂ ਲੱਗ ਗਈਆਂ ਸੀ ਪੰਜਾਬ ਭਰ ਦੇ ਵਿੱਚ। ਖੈਰ ਚਲੋ, ਅਸੀਂ ਆਪਣੇ ਹੱਕਾਂ ਦੇ ਲਈ ਇਹ ਸੰਘਰਸ਼ ਕੀਤਾ, ਸਾਡੇ ਡਰਾਈਵਰ ਭਾਈਚਾਰੇ ਨੇ ਆਮ ਲੋਕਾਂ ਨੇ ਵੀ ਚਲੋ ਸਾਥ ਦਿੱਤਾ ਵੀ ਆ, ਜਿਨ੍ਹਾਂ ਨੇ ਨਹੀਂ ਵੀ ਦਿੱਤਾ। ਸੋ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜੇਕਰ ਇੱਕ ਵਰਗ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਉਸ ਮੁਸੀਬਤ ਦਾ ਜਿਹੜਾ ਉਹ ਸਾਹਮਣਾ ਕਰਨਾ ਚਾਹੀਦਾ। ਖੈਰ, ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਸਾਈਡ 'ਤੇ ਰੱਖ ਕੇ ਵੱਖਰੇ ਤੌਰ 'ਤੇ ਗੱਲ ਕਰਾਂਗੇ ਪੰਜਾਬੀਆਂ ਦੇ ਸੁਭਾਅ ਦੀ, ਕਿਉਂਕਿ ਜਿਸ ਤਰ੍ਹਾਂ ਕੱਲ੍ਹ ਵੀਡੀਓਜ਼ ਵਾਇਰਲ ਹੋਈਆਂ ਨੇ, ਉਹਨਾਂ ਵੀਡੀਓਜ਼ ਨੇ ਜਿਹੜੇ ਪੰਜਾਬੀ ਕਮਿਊਨਿਟੀ ਆ ਜਾਂ ਜਿਹੜੇ ਹੋਰ ਬਾਹਰਲੇ ਸੂਬਿਆਂ ਦੇ ਵਿੱਚ ਆ, ਵਿਦੇਸ਼ਾਂ ਦੇ ਵਿੱਚ ਕੁਝ ਲੋਕ ਜਿਹੜੇ ਬੈਠੇ ਹੋਏ ਨੇ ਸਾਡੇ ਪੰਜਾਬੀ ਭਾਈਚਾਰਾ, ਜਾਂ ਜਿਹੜੇ ਵਿਦੇਸ਼ੀ ਲੋਕ ਵੀ ਨੇ ਜਿਹਨਾਂ ਮੁਲਕਾਂ ਦੇ ਵਿੱਚ ਉਹ ਰਹਿੰਦੇ ਨੇ, ਜਿਹੜੇ ਪੰਜਾਬੀਆਂ ਨੂੰ ਸਮਝਦੇ ਨੇ, ਪੰਜਾਬੀਆਂ ਦੇ ਸੁਭਾਅ ਨੂੰ ਤਾਂ ਸਾਰੇ ਜਾਣਦੇ ਕਿ ਪੰਜਾਬੀ ਕੌਮ ਹੈ ਜਿਹੜੀ ਉਹ ਬਹਾਦਰਾਂ ਦੀ ਕੌਮ ਹੈ, ਦਿਲਦਾਰਾਂ ਦੀ ਕੌਮ ਹੈ, ਯਰਾਨਿਆਂ ਦੀ ਕੌਮ ਹੈ। ਪਰੰਤੂ ਜਿਸ ਤਰ੍ਹਾਂ ਕੱਲ੍ਹ ਵੀਡੀਓਜ਼ ਵਾਇਰਲ ਹੋਈਆਂ, ਉਸਨੇ ਜਿਹੜੇ ਲੋਕ ਆ ਜਿਹੜੇ ਉਹ ਅਹਿਸਾਸ ਆ ਦੂਰੇ ਕਰ ਦਿੱਤੇ। ਤੁਸੀਂ ਵੀ ਦੇਖੀਆਂ ਹੋਣਗੀਆਂ ਵਾਇਰਲ ਵੀਡੀਓਜ਼, ਕਿਵੇਂ ਕੋਈ ਕਹਿ ਲਓ ਕਿ ਕਰੋ ਡੋਲੂ ਲੈ ਕੇ ਆਇਆ ਹੋਇਆ, ਉਹਦੇ ਵਿੱਚ ਪੈਟਰੋਲ ਡੀਜ਼ਲ ਪਾਉਣ ਲਈ ਪਹੁੰਚਿਆ ਹੋਇਆ, ਕੋਈ ਦੁੱਧ ਵਾਲੀ ਕੈਨੀ ਲੈ ਕੇ ਆਇਆ ਹੋਇਆ, ਅਤੇ ਦੋ ਕੁ ਪਤੰਦਰ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋਈਆਂ ਉਹਨਾਂ ਦੀਆਂ। ਇੱਕ ਤਾਂ ਸਪਲੈਂਡਰ ਦੀ ਟੈਂਕੀ ਪੁੱਟ ਕੇ ਲਾਏ ਜੀ, ਕਹਿੰਦਾ ਇਹ 'ਚ ਪੈਟਰੋਲ ਪਾ ਦਿਓ, ਅਤੇ ਇੱਕ ਵੀਡੀਓ ਵਾਇਰਲ ਹੋਈ ਆ ਉਹ ਪਲੈਟਨਾ ਦੀ ਟੈਂਕੀ ਲੈ ਕੇ ਤੁਰੇ, ਕਹਿੰਦੇ ਭਾਈ ਇਹਦੇ ਵਿੱਚ ਪੈਟਰੋਲ ਪਾ ਦਿਓ। ਸੋ ਜਦੋਂ ਉਹ ਉਹਨਾਂ ਥਾਵਾਂ 'ਤੇ ਪਹੁੰਚਦੇ ਨੇ, ਉਹਨਾਂ ਪੈਟਰੋਲ ਪੰਪਾਂ 'ਤੇ ਪਹੁੰਚਦੇ ਨੇ, ਤਾਂ ਜਿਹੜੇ ਹੋਰ ਲੋਕ ਜਿਹੜੇ ਆਏ ਹੁੰਦੇ ਨੇ ਉਹ ਵੀ ਕਾਫੀ ਜ਼ਿਆਦਾ ਜਿਹੜੇ ਉਹ ਹੱਸਦੇ ਨੇ, ਖੁਸ਼ ਹੁੰਦੇ ਨੇ। ਸੋ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਢਿੱਡੀ ਪੀੜਾਂ ਜਿਹੜੀਆਂ ਪਾ ਦਿੱਤੀਆਂ ਉਹਨਾਂ ਵੀਡੀਓਜ਼ ਨੇ, ਪੰਜਾਬੀ ਆ ਜਾਂ ਹੋਰ ਕਮਿਊਨਿਟੀ ਆ ਸਾਡੀ, ਉਹ ਅਹਿਸਾਸ ਆ ਸਾਡੇ ਪੰਜਾਬੀਆਂ ਨੇ ਕੱਲ੍ਹ ਉਹ ਦੂਰੇ ਕਰ ਦਿੱਤੇ, ਉਹਨਾਂ ਦੇ ਜੀ ਢਿੱਡ ਦੁਖਣ ਲਾ ਦਿੱਤੇ। ਸੋ ਸਰਕਾਰਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬੀਆਂ ਦੇ ਅਜਿਹੇ ਸੁਭਾਅ ਨੂੰ ਵੇਖ ਕੇ, ਸੋ ਪੰਜਾਬੀਆਂ ਨੂੰ ਤੁਸੀਂ ਜਿਹੜਾ ਉਹ ਲਾਈਟਲੀ ਆ ਜਾਂ ਹਲਕੇ ਦੇ ਵਿੱਚ ਨਾ ਲਿਆ ਕਰੋ। ਕਿਸੇ ਵੀ ਤਰ੍ਹਾਂ ਦੀ ਮੁਸੀਬਤ ਹੋਵੇ, ਪੰਜਾਬੀ ਤਾਂ ਹੱਸ ਹੱਸ ਕੇ ਜਰਦੇ ਨੇ, ਜਿਸ ਦੀਆਂ ਤਾਜ਼ੀਆਂ ਉਦਾਹਰਨਾਂ ਤੁਸੀਂ ਬੀਤੇ ਕੱਲ੍ਹ ਵਾਲੇ ਦਿਨ ਤੋਂ ਵੀ ਲੈ ਸਕਦੇ ਹੋ, ਤੁਸੀਂ ਹਰ ਇੱਕ ਨੇ ਉਹ ਵੀਡੀਓਜ਼ ਵੇਖੀਆਂ ਹੋਣਗੀਆਂ। ਸੋ ਮੈਂ ਵੀ ਹੁਸ਼ਿਆਰਪੁਰ ਨਿਊਜ਼ ਦੇ ਇੱਕ ਇੰਸਟਾਗ੍ਰਾਮ ਪੇਜ 'ਤੇ ਉਹ ਵੀਡੀਓਜ਼ ਇੱਕ ਮੈਂ ਸ਼ੇਅਰ ਕੀਤੀ ਆ, ਜਿਸ ਵਿੱਚ ਇੱਕ ਵਿਅਕਤੀ ਹੈ ਉਹ ਪਲੈਟੀਨਾ ਮੋਟਰਸਾਈਕਲ ਦੀ ਤੇਲ ਦੀ ਟੈਂਕੀ ਜਿਹੜਾ ਉਹ ਪੁੱਟ ਕੇ ਲੈ ਕੇ ਹੋਇਆ, ਕਹਿੰਦਾ ਭਾਈ ਸਾਹਿਬ ਇਹਦੇ ਵਿੱਚ ਪੈਟਰੋਲ ਪਾ ਦਿਓ, ਫੁੱਲ ਕਰ ਦਿਓ। ਹਾਲਾਂਕਿ ਇਹ ਨਹੀਂ ਪਤਾ ਵੀਡੀਓਜ਼ ਕਿੱਥੋਂ ਦੀਆਂ ਨੇ, ਕਿੱਥੋਂ ਦੀਆਂ ਨਹੀਂ ਨੇ, ਪਰੰਤੂ ਉਹਨਾਂ ਵੀਡੀਓਜ਼ ਨੇ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਸੋ ਜਿਸ ਤੋਂ ਲੋਕ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ, ਖੁਸ਼ ਤੋਂ ਭਾਵ ਹੈ ਕਿ ਲੋਕ ਸਾਡੇ ਜਿੱਦਾਂ ਹਸਮੁੱਖ ਨੇ, ਤਾਂ ਇਹਨਾਂ ਦੋ ਚਾਰ ਵੀਡੀਓਜ਼ ਨੇ ਜਿਹੜੇ ਅਹਿਸਾਸ ਆ ਪੰਜਾਬੀ ਆ ਜਿਹੜੇ ਉਹ ਦੂਰੇ ਕਰ ਦਿੱਤੇ ਆ, ਪੰਜਾਬੀਆਂ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਆ ਉਹ ਦੂਰੇ ਕਰ ਦਿੱਤੇ ਆ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।